फैसले मिलाप जा किसे स्टेप चेंज ने ग्रोथ में मेरे लगातार कर सका कोई और सवाल अच्छा विद्यार्थी ने सवाल करके और जवाब देखो और साहब के जवाब सुनने वास्ते ਅਸੀਂ ਆਏ ਹਾਂ ਤੁਹਾਨੂੰ ਰੂਬਰੂ ਹਾਂ ਜੋ ਉਹ ਸੋਚਦੇ ਨੇ ਕਿ ਥੀਏਟਰ ਕਿਵੇਂ ਦਾ ਕਿਉਂਕਿ ਪਿੰਡਾਂ ਦੀ ਕਰਦੇ ਨੇ ਪਿੰਡਾਂ ਦੇ ਨਾਲ ਰਹਿੰਦੇ ਵੀ ਉਹ ਅਸਲੇ ਚੀਜ਼ ਨੇ ਮਾਨਸਾ ਪਿੰਡਾਂ ਵਰਗੇ ਹੀ ਆ ਚੰਡੀਗੜ੍ਹ ਚ ਵੀ ਨਾ ਪਤਾ ਨਹੀਂ ਉਹ ਦੇਖਦੇ ਨਹੀਂ ਹੈਗੇ ਹੁਣ ਜਿਹੜਾ ਫੈਸਟੀਵਲ ਚੱਲ ਰਿਹਾ ਉਹਦੇ ਵਿੱਚ ਬਹੁਤੇ ਜਿਹੜੇ ਪਲੇ ਨੇ ਮੈਂ ਜਾਂਦਾ ਰਹਿੰਦਾ ਸੁਖਦੇਵ ਵੀ ਜਾਂਦੇ ਰਹਿੰਦੇ ਆ ਚਾਹੇ ਹੋਰ ਥੀਏਟਰ ਚ ਹਿੰਦੀ ਵੀ ਹੁੰਦੇ ਇੰਗਲਿਸ਼ ਵੀ ਹੁੰਦੇ ਆ ਪਰ ਉਸ ਤੋਂ ਵੀ ਜ਼ਿਆਦਾ ਪ੍ਰਤੀਸ਼ਤ ਪੰਜਾਬੀ ਪਲੇ ਦੀ ਆ ਕਲਾ ਭਵਨ ਦੇ ਵਿੱਚ ਜਦੋਂ ਵੀ ਕਦੇ ਬੁਕਿੰਗ ਹੁੰਦੀ ਆ ਉਹਦੇ 90% ਇਹੋ ਜਿਹੇ ਨਾਟਕ ਜਿਹੜੇ ਪੰਜਾਬੀ ਜ਼ੁਬਾਨ 'ਚ ਖੇਡੇ ਜਾਂਦੇ ਆ ਸਾਡੇ ਕੋਲ ਸਾਰੇ ਸ਼ਹਿਰ ਨੇ ਚਾਹੇ ਲੁਧਿਆਣਾ ਚਾਹੇ ਅੰਮ੍ਰਿਤਸਰ ਆ ਚਾਹੇ ਜਲੰਧਰ ਆ ਬਕਾਇਦਾ ਟੀਮਾਂ ਨੇ ਲੁਧਿਆਣੇ ਵਾਲੇ ਸਮਝਿਆ ਜਾਂਦਾ ਵੀ ਸ਼ਾਇਦ ਉੱਥੇ ਵੀ 19 ਰੰਗ ਕਰਮੀ ਨੇ ਜਿਹੜੇ ਵੱਖੋ ਵੱਖਰੇ ਥੋੜ੍ਹਾ ਬਹੁਤ ਲਿਖਦੇ ਵੀ ਨੇ ਖੇਡਦੇ ਵੀ ਨੇ ਕਈ ਵਾਰੀ ਸਾਨੂੰ ਇਸ ਕਿਸਮ ਦੇ ਗਿਆਨ ਨਹੀਂ ਹੁੰਦਾ ਵੀ ਕਿਹੜੀਆਂ ਕਿਹੜੀਆਂ ਟੀਮਾਂ ਕਿੱਥੇ ਕਰਦੀਆਂ ਨੇ ਸਿਰਮੁਰ ਦਾ ਸਾਡੇ ਸਾਹਮਣੇ ਹੀ ਆ ਕਿ ਲਹਿਰੇ ਕਰਕੇ ਦੇ ਏਰੀਏ 'ਚ ਮੈਂ ਮਾਝੇ ਤੋਂ ਬਿਲੋਂਗ ਕਰਦਾ ਬਟ ਮਾਝੇ ਦੇ ਪਿੰਡਾਂ ਵਿੱਚ ਸਰ ਜਿਹੜੇ ਨਾਟਕ ਆ ਬਹੁਤ ਘੱਟ ਪੇਸ਼ ਕੀਤੇ ਜਾਂਦੇ ਸਰ ਇੱਕ ਦੂਜਾ ਸਵਾਲ ਹੈ ਤੁਹਾਡਾ ਲਿਖਿਆ ਜਿਹੜਾ ਨਾਟਕ ਹੈ ਨਿਊ ਜਾਣ ਜਿਹੜਾ ਥੀਏਟਰ ਡਿਪਾਰਟਮੈਂਟ 'ਚ ਪੇਸ਼ ਕੀਤਾ ਜਾ ਰਿਹਾ ਸਰ ਉਹ ਮਤਲਬ ਤੁਸੀਂ ਕਿਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਐਸੀ ਕਿਹੜੀ ਘਟਨਾ ਤੁਹਾਨੂੰ ਪ੍ਰਭਾਵਿਤ ਕੀਤਾ ਸਰ ਇਹ ਤਾਂ ਮਾਝੇ ਦੇ ਵਿੱਚ ਹਾਲਾਂਕਿ ਵਿਸ਼ਾਲ ਭਾਜੀ ਸੀਗੇ ਭਾਜੀ ਦੇ ਨਾਟਕ ਬਹੁਤੇ ਮਾਲਵੇ ਦੇ ਵਿੱਚ ਕਰਵਾਏ ਕਿੱਥੇ ਸਾਰੇ ਪੰਜਾਬ 'ਚ ਹੀ ਆ ਉਹਨਾਂ ਨੇ ਲੇਕਿਨ ਮਾਲਵੇ ਦੇ ਵਿੱਚ ਬਹੁਤੇ ਕਰਵਾਏ ਗਏ ਸ਼ਾਇਦ ਮਾਲਵੇ ਦੀ ਧਰਤੀ ਦੇ ਵਿੱਚ ਕੋਈ ਡਰਮੈਟਿਕ ਐਲੀਮੈਂਟ ਕੋਈ ਜ਼ਿਆਦਾ ਲੱਗਦਾ ਪਤਾ ਨਹੀਂ ਕੀ ਕਰਦੇ ਉਹ ਸੰਗੇ ਹਾਂ ਪੋਲੀਟੀਕਲ ਸਟਾਫ ਵੀ ਹੋ ਸਕਦੇ ਆ ਉਹਦੇ ਲੋਕ ਜਿਹੜੀ ਇਕਤਾ ਲਹਿਰ ਦੇ ਵਿੱਚ ਜੀ ਇਕਤਾ ਦੇ ਪ੍ਰਭਾਵ ਦੇ ਕਮਿਊਨਿਸਟ ਪਾਰਟੀਆਂ ਦੇ ਜਿਹੜੇ ਡਰਾਮਾ ਸਕੈਟ ਸੀਗੇ ਉਹ ਇਸ ਪਾਸੇ ਜ਼ਿਆਦਾ ਡਰਾਮਾ ਕਰਦੇ ਬਾਹਰੀ ਦੇ ਮੁਲਕਾਂ ਦੇ ਵਿੱਚ ਨਾਟਕ ਜ਼ਿਆਦਾ ਕੰਪੈਰੀਟਿਵਲੀ ਵੇਖਣ ਦੀ ਜਿਹੜੀ ਰੁਚੀ ਜ਼ਿਆਦਾ ਰਹਿੰਦੀ ਹੈ ਮੈਂ ਵੀ ਕਰਿਆ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਫਿਰ ਵੀ ਬਹੁਤ ਆਉਂਦਾ ਸ਼ਹਿਰ ਦੀ ਪਿੰਡਾਂ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਕਰਕੇ ਆਉਂਦੇ ਤਾਂ ਉੱਥੇ ਵੀ ਆਪਾਂ ਲੋਕ ਜਿੰਨੀ ਗਤੀ ਦੇ ਨਾਲ ਬਹੁਤਾ ਮਾਲਵੇ 'ਚ ਹੁੰਦੇ ਆ ਨਾ ਉਹਨੇ ਲੋਕ ਨਹੀਂ ਹੋਰ ਕਾਰਨ ਉਹ ਸਭ ਪਿਆ ਕਹਿ ਨਹੀਂ ਸਕਦਾ ਅਤੇ ਉਹਨੇ ਕੀ ਕਿਹਾ ਸੀਗਾ ਸਰ ਨਿਊਜ਼ਾ ਕਿਹੜਾ ਨਿਊਜ਼ਾ ਤਾਂ ਮੈਨੂੰ ਨਹੀਂ ਯਾਰ ਪਤਾ ਕਿਉਂ ਹੈ ਕਿ ਚਾਰਵੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੈਡ ਆਫ ਦੀ ਡਿਪਾਰਟਮੈਂਟ ਡਾਕਟਰ ਗੁਰਚਰਨ ਸਿੰਘ ਮੇਰੇ ਕੋਲ ਗਏ ਬਾਹਰ ਉੱਥੇ ਮਾਨਸਾ ਉਹਨਾਂ ਦਾ ਕੋਈ ਟੀਮ ਬਣੇ ਸੀ ਉਦੋਂ ਉਹਨਾਂ ਨੂੰ ਪੂਰੇ ਉਹ ਨਾਟਕ ਕਰਦਾ ਸੀ ਵੀ ਅਸੀਂ ਮੈਨੂੰ ਕਹਿੰਦੇ ਜੀ ਅਸੀਂ ਤਾਂ ਇੱਕ ਮੇਰਾ ਉਹਦੇ ਨਾਲ ਉੱਥੇ ਦੱਖਾ ਲਹਿਰੀ ਮੇਰੇ ਕਲੱਬ ਜਿਹੜੇ ਗਰੁੱਪ ਨਾਲ ਜੁੜਿਆ ਰਿਹਾ ਮੁੰਡਾ ਉੱਥੇ ਨੌਕਰੀ ਕਰਦਾ ਉਹ ਮੇਰੇ ਕੋਲ ਆਏ ਜੀ ਕਿ ਅਸੀਂ ਪਰਸੋਂ ਥੀਏਟਰ ਵਰਕਸ਼ਾਪ ਦੇ ਦੌਰਾਨ ਨਾਟਕ ਦਿਖਾਉਣਾ ਅਤੇ ਮੈਂ ਕਿਹਾ ਵੀ ਮੈਂ ਤਾਂ ਕਦੇ ਨਾਟਕ ਦੇਖਿਆ ਇਹ ਮੇਰੀ ਨਾਮ ਪਹਿਲਾਂ ਦੇ ਦਿੱਤਾ ਟੁੱਟਣ ਕੋਈ ਸੰਸਥਾਵਾਂ